Assalamu alaikum. You are going for Umrah from here? Yeah, inshallah. When are you going to? Today. You're going straight away from here to Makkah? Yeah, we're going to read the Quran. It's a direct flight. It's going to... No, we're going Jordan. You're going first Jordan, then going from the... You from UK? Yeah, I'm from UK. So... How are you doing this? Yes, I'm from Mirpur. How are you doing this? Mirpur. Dadiyal. Yes, Dadiyal. I'm not going to go. ਹਾਂਜੀ ਮੈਂ ਤੁਹਾਨੂੰ ਦੇਖਿਆ ਮਰੇ ਵਾਸਤੇ ਤੇ ਮੈਂ ਕਿਹਾ ਚਲੋ ਕਾਫੀ ਆਦਮੀ ਇੱਥੋਂ ਜਾ ਰਹੇ ਨੇ ਆਰਾਮ ਬਣ ਕੇ ਹਾਂਜੀ ਇਹ ਸੁਬਹ ਫਜਰ ਸੇ ਬਹੁਤ ਪਹਿਲੇ ਸਭ ਮਸਜਿਦ ਅਕਸਾ ਕੀ ਤਰਫ ਜਾ ਰਹੇ ਹੈ ਇਹ ਤਿੰਨ ਆਦਮੀ ਜੋ ਹੈ ਯਹਾਂ ਸੇ ਆਰਾਮ ਵਧਦੇਗੇ ਮਸਜਿਦ ਅਕਸਾ ਸੇ ਔਰ ਉਮਰੇ ਕੇ ਲੀਏ ਜਾਏਂਗੇ ਪਹਿਲੇ ਯਹਾਂ ਸੇ ਇਜਾਜ਼ਤ ਨਹੀਂ ਥੀ ਇਹ ਦੇਖੇ ਕਿਤਨਾ ਰਸ਼ ਹੈ ਅਭੀ ਮਸਜਿਦ ਦੂਰ ਹੈ ਲੇਕਿਨ ਯੋਗ ਆਦਮੀ ਇਤਨੀ ਤੇਜ਼ੀ ਸੇ ਜਾ ਰਹੇ ਮਸਜਿਦ ਕੀ ਤਰਫ ਕਿ ਸਭ ਦੁਨੀਆ ਹੈਰਾਨ ਹੈ ਇਸ ਦਫ਼ਾ ਕਿਤਨੇ ਆਦਮੀ ਕਹਾਂ ਸੇ ਆ ਗਏ ਅਭੀ ਥੋੜ੍ਹੀ ਦੇਰ ਕੇ ਬਾਅਦ ਆਪਕੋ ਮਸਜਿਦ ਮੇ ਜਗ੍ਹਾ ਨਹੀਂ ਮਿਲੇਗੀ ਮਸਜਿਦ ਕੇ ਅੰਦਰ ਜਗ੍ਹਾ ਨਹੀਂ ਹੋਤੀ ਮਸਜਿਦ ਦਾਖਲ ਡੋਮ ਕੇ ਅੰਦਰ ਜਗ੍ਹਾ ਨਹੀਂ ਹੋਤੀ ਬਾਹਰ ਜੋ ਪੱਥਰ ਹੈ ਲੋਕ ਵਹਾਂ ਪੇ ਨਮਾਜ਼ ਪੜ੍ਹਤੇ ਹੈ ਲੇਕਿਨ ਇਹ ਸਿਰਫ ਦੋ ਦਿਨ ਕੇ ਲੀਏ ਹੈ ਉਸਕੇ ਬਾਅਦ ਯਹਾਂ ਪੇ ਕੋਈ ਨਹੀਂ ਹੋਗਾ ਜਬ ਸਭ ਕਾਫਲੇ ਵਾਪਸ ਚਲੇ ਜਾਏਂਗੇ